इटल पंजाबी चैनल से थोड़ा सारे का बहुत बहुत स्वागत है एक बार फिर हाजिर अज दिन कुछ खास खबर लेकर अच्छा अपडेट लेके वीडियो शुरू कर तो पेल जेकर तो चैनल से पहली बार आए हो जो पहली बार सुन रहे हो प्लीज तो प्लीज़ चैनल जरूर सबसक्राइब कर लवो तो जेकर तुम चैनल में सबसक्राइब किया है उसके लिए सारियां तहत शुक्रिया बहुत बहुत धनबाद तो वीडियो की नोटिफिकेशन ला पहला आईकॉन का बटन जरूर प्रेस कर लो ਇਸਦੇ ਨਾਲ ਜਦੋਂ ਵੀ ਤੁਸੀਂ ਕੋਈ ਨਵੀਂ ਵੀਡੀਓ ਅਪਲੋਡ ਕਰਾਂਗੇ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇਗੀ ਤੇ ਜਿਹੜੇ ਵੀਡੀਓ ਨੂੰ ਲਾਈਕ ਕਰਦੇ ਹਨ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੁਣ ਗੱਲ ਕਰਦੇ ਹਾਂ ਅੱਜ ਦੇ ਆਪਣੇ ਬਾਰੇ ਪਹਿਲਾਂ ਦੇਖਦੇ ਹਾਂ ਇਟਲੀ ਵਿੱਚ ਅੱਜ ਕਿੰਨੇ ਕੇਸ ਆਏ ਹਨ ਇਟਲੀ ਤੇ ਵਿੱਚ ਅੱਜ 2709 ਨਵੇਂ ਕੇਸ ਆਏ ਹਨ ਤੇ 684 ਅੱਜ ਡੈਥ ਹੋਈਆਂ ਹਨ ਤੇ ਅੱਜ ਜਿੰਨੇ ਜ਼ਿਆਦਾ ਟੈਸਟ ਹੋਏ ਹਨ ਉਹਨੇ ਹੀ ਜ਼ਿਆਦਾ ਕੇਸ ਜਾਈ ਹਨ ਤੇ ਪੋਜ਼ਿਟਿਵਿਟੀ ਰੇਟ ਜਿਹੜਾ ਹੈਗਾ ਆ ਘਟ ਗਿਆ ਹੈ ਕੱਲ ਹੈਗਾ ਆ ਮਤਲਬ ਕਿ ਕੱਲ 10.6 ਸੀ ਉਸ ਤੋਂ 10% ਤੇ ਆ ਗਿਆ ਹੈ ਤੇ ਹੁਣ ਤੱਕ ਜਿਹੜੇ ਟੋਟਲ ਡੈਟਸ ਹੈਗੀਆਂ 57045 ਹੋ ਚੁੱਕੀਆਂ ਹਨ ਤੇ ਇਟਲੀ ਦੇ ਵਿੱਚ ਜਿਹੜੇ ਕਰੰਟ ਪੋਜ਼ਿਟਿਵ ਕੇਸਿਸ ਹੈਗੇ ਆ ਉਹ 761230 ਹਨ ਜੇ ਗੱਲ ਕਰੀਏ ਅੱਜ ਟੈਸਟ ਦੀ ਵਾਰੇ ਤੇ ਅੱਜ ਜਿਹੜੇ ਟੈਸਟ ਹੋਏ ਹਨ ਸਵੈਪ ਟੈਸਟ ਹੋਏ ਹਨ 207143 ਹੋਏ ਹਨ ਜਿਹੜੇ ਕੱਲ ਦੇ ਨਾਲੋਂ 25043 ਜਰੇ ਜ਼ਿਆਦਾ ਸੀਗੇ ਤੇ ਜਿਹੜੇ ਪੋਜ਼ਿਟਿਵਿਟੀ ਰੇਟ ਹੈਗਾ ਆ ਕੱਲ ਦੇ ਨਾਲੋਂ ਘਟਿਆ ਹੈ ਕਹਿ ਸਕਦੀ ਹੈ ਕਿ ਅਪ੍ਰੋਕਸੀਮੇਟਲੀ 9.9 ਦਾਸੇ ਪਰਸੈਂਟ ਦੀ ਨੀਲੇ ਥਲੀ ਹੈ ਇਹਦਾ ਮਤਲਬ ਹੈ ਕਿ 100 ਟੈਸਟਾਂ ਦੇ ਪਿੱਛੇ 10 ਜੜੇ ਪੋਜ਼ਿਟਿਵ ਕੇਸ ਆ ਰਹੇ ਹਨ ਤੇ ਜੇਕਰ ਅਸੀਂ ਆਰਟੀ ਇੰਡੈਕਸ ਦੀ ਗੱਲ ਕਰੀਏ ਤੇ ਪਿਛਲੇ 4 ਹਫਤਿਆਂ ਦੇ ਵਿੱਚ ਆਰਟੀ ਇੰਡੈਕਸ ਕਾਫੀ ਘਟ ਗਿਆ ਹੈ 1.08 ਆ ਗਿਆ ਹੈ ਤੇ ਇਸ ਦੇ ਬਾਰੇ ਜਿਹੜੇ ਹੈਲਥ ਮਿਨਿਸਟਰ ਰੋਬਰਟ ਸੁਪਰੀਂਸਰ ਜੀ ਹੈ ਉਹਨਾਂ ਨੇ ਸੰਖੇਪ ਵਿੱਚ ਕਿਹਾ ਹੈ ਕਿ ਉਹ ਬਹੁਤ ਹੀ ਕੰਫੀਡੈਂਟ ਹੈ ਕਿ ਜਿਹੜੇ ਕੇਸਿਸ ਹੈਗੇ ਆ ਜਿਹੜੀ ਆਰਟੀ ਇੰਡੈਕਸ ਆ ਘਟੇਗਾ ਤੇ ਬਹੁਤ ਜਲਦੀ ਹੀ ਉਹ ਆਪਣੇ ਪਹਿਲੇ ਵਾਲੀਆਂ ਜਿਹੜੀ ਸਥਿਤੀ ਵਿਚ ਆ ਜਾਣਗੇ ਤੇ ਜਿਹੜੀ ਪੈਂਡੈਮਿਕ ਸਟਾਰਟ ਹੋਇਆ ਹੈ ਇਹ ਅੰਡਰ ਕੰਟਰੋਲ ਹੋ ਜਾਵੇਗੀ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਜਲਦੀ ਹੀ ਸਾਰੇ ਰੀਜਨ ਜਿਹੜੇ ਹੈਗੇ ਆ yellow region ਚ ਚਲੇ ਜਾਣਗੇ ਉਹਨਾਂ ਨੇ ਕਿਹਾ ਹੈ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਕਿ ਬਹੁਤ ਜ਼ਿਆਦਾ ਤੁਹਾਨੂੰ ਖੋਲ ਮਿਲ ਜਾਵੇਗੀ ਤੁਹਾਨੂੰ ਹੁਣ ਵੀ ਮਤਲਬ ਕਿ ਬਹੁਤ ਕੇਅਰਫੁਲ ਰਹਿਣਾ ਪਵੇਗਾ ਕਿਉਂਕਿ ਜਿੱਥੇ ਗਲਤੀ ਹੋਈ ਉੱਤੇ ਹੀ ਜਿਹੜੇ ਕੇਸਿਸ ਹੈ ਜਿਸ ਤਰ੍ਹਾਂ ਅੱਗੇ ਗਲਤੀ ਹੋਈ ਗਾਸਤ ਵਿੱਚ ਸਾਰੇ ਮਤਲਬ ਕਿ ਨਾਨੀ ਟੂਰਿਸਟ ਸਪੋਰਟਸ ਵਗੈਰਾ ਜਿੱਥੇ ਮਾਰੇ ਵਗੈਰਾ ਤੇ ਜਾਂਦੇ ਸੀ ਲੋਕ ਜਾਣ ਲੱਗੇ ਸੀ ਉਸੇ ਨਾਲ ਜਦੋਂ ਵਾਪਸ ਆਏ ਉਸ ਤੋਂ ਬਾਅਦ ਵੀ ਕੇਸਿਸ ਵੱਧ ਗਏ ਤੇ ਹੁਣ ਵੀ ਇਹੀ ਡਰ ਹੈ ਕਿ ਜੇ ਨਤਾਲਿਆਂ ਦੇ ਵਿਚਾਰਾ ਛੋਟ ਦਿੱਤੀ ਗਈ ਤਾਂ ਜਿਹੜੇ ਕੇਸਿਸ ਹੋਰ ਵੱਧ ਸਕਦੇ ਹਨ ਇਸ ਲਈ ਉਹਨਾਂ ਨੇ ਕੇਅਰਫੁਲ ਹੋਣ ਨੂੰ ਕਿਹਾ ਹੈ ਲੋਕਾਂ ਨੂੰ ਉਹਨਾਂ ਨੇ ਕਿਹਾ ਹੈ ਕਿ ਜਿੱਥੇ ਵੀ ਸਾਡਾ ਧਿਆਨ ਹਟਿਆ ਉੱਥੋਂ ਹੀ ਜੜੀ 3rd ਵੇਵ ਜੜੀ ਹੈਗੀ ਹੈ ਤੀਜੀ ਲਹਿਰ ਸ਼ੁਰੂ ਹੋ ਸਕਦੀ ਹੈ ਜੇਕਰ ਆਪਾਂ ਲੰਬਾਰਦੀਆ ਦੀ ਗੱਲ ਕਰੀਏ ਤਾਂ ਲੰਬਾਰਦੀਆ ਦੇ ਵਿੱਚ ਅੱਜ 3425 ਕੇਸ ਐਸਾਈ ਹਨ ਬਨੇ ਤੋਂ ਵਿੱਚ 2785 ਤੇ ਕੰਪਨੀਆਂ ਵਿੱਚ 1842 ਕੇਸ ਐਕਈਸਾਈ ਹਨ ਲਾਸਿਓ ਵਿੱਚ 1799 ਪੂਲਿਆ ਵਿੱਚ 1668 ਕੇਸ ਅਮੇਲੀਆ ਰੋਮਾਨੀਆ ਵਿੱਚ 1569 ਕੇਸ ਐਸਾਈ ਹਨ ਤੇ ਪੈਮੌਨਤੇ ਵਿੱਚ 1568 ਕੇਸ ਤੇ ਸੇਸੀਲੀਆ ਵਿੱਚ 1483 ਕੇਸ ਆਈ ਹਨ ਤੇ ਜੇਕਰ ਆਪਾਂ ਡੈਥ ਦੀ ਕਲੀ ਡੈਥ ਦੀ ਗੱਲ ਕਰੀਏ ਤਾਂ ਬਾਜ਼ਲੀ ਖਾਤਾ ਹੀ ਇੱਕ ਜਿਹੜਾ ਹੈ ਜਿਸ ਦੇ ਵਿੱਚ ਅੱਜ ਦੂਜਾ ਦਿਨ ਹੋ ਗਿਆ ਜਿਸ ਵਿੱਚ ਕੋਈ ਮਤਲਬ ਕਿ ਡੈਥ ਨਹੀਂ ਹੋਈ ਹੈ ਤੇ ਲੰਬਾਰਦੀਆ ਦੇ ਵਿੱਚ 175 ਡੈਥ ਹੋਈਆਂ ਹਨ ਬਨੀਤਾ ਵਿੱਚ 79 ਮਿਲਿਅਨ ਰਮਾਨੀਆ ਦੇ ਵਿੱਚ 69 ਤੇ ਪਮੰਤ ਦੇ ਵਿੱਚ 57 ਡੈਥ ਹੋਈਆਂ ਹਨ ਇਸ ਤੋਂ ਬਾਅਦ डब्ल्यूएचओ ਦਾ ਇੱਕ ਬਿਆਨ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਪਾਮੇ ਜਰੇਹ ਕੇਸਿਸ ਘਟ ਰਹੇ ਹਨ ਯੂਰਪ ਦੇ ਵਿੱਚ ਕਈ ਕੰਟਰੀਆਂ ਦੇ ਵਿੱਚ ਪਰ ਫਿਰ ਵੀ ਜਿਹੜਾ ਕਿ ਇਸ ਪੂਰੀ ਜਿਹੜੇ ਕੇਸ ਜਾਰੇ ਹਨ ਉਹਦਾ 40% ਜਿਹੜਾ ਇਸ ਸਹਾਇਗਾਯ ਯੂਰੋਪੀਅਨ ਕੰਟਰੀਆਂ ਦੇ ਵਿੱਚੋਂ ਹੀ ਕੇਸ ਆ ਰਹੇ ਹਨ ਇਸ ਤੋਂ ਬਾਅਦ ਜਿਹੜਾ ਨਵਾਂ ਡੀਪੀਸੀ ਆ ਰਿਹਾ ਹੈ ਉਹਦੇ ਵਿੱਚ ਦੱਸਿਆ ਗਿਆ ਹੈ ਕਿ ਸਰਕਾਰ ਨੇ ਛੁੱਟੀਆਂ ਦੇ ਵਿੱਚ ਯਾਤਰਾ ਕਰਨ ਦੇ ਪਰਿਵਰਤੀ ਬੰਦ ਲਗਾਇਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ 21 ਦਸੰਬਰ 2020 ਤੋਂ ਲੈ ਕੇ 6 ਜਨਵਰੀ 2021 ਤੱਕ ਤੁਸੀਂ ਆਪਣੇ ਕਮੂਨੇ ਨੂੰ ਛੱਡ ਕੇ ਦੂਜੇ ਕਮੂਨੇ ਵਿੱਚ ਦੂਜੇ ਰੇਜਨ ਦੇ ਵਿੱਚ ਜਾਂ ਫਿਰ ਦੂਜੇ ਪ੍ਰਵਿੰਸੇ ਦੇ ਵਿੱਚ ਜਾਣਾ ਤੁਹਾਡਾ ਮਨਾ ਹੈ ਤੇ ਗਵਰਨਮੈਂਟ ਨੇ ਕਿਹਾ ਹੈ ਕਿ ਤੁਸੀਂ ਛੁੱਟੀਆਂ ਦੇ ਵਿੱਚ ਆਪਣੇ ਘਰ ਜਾ ਸਕਦੇ ਹੋ ਆਪਣੇ ਮੰਦਰ ਜਿੱਥੇ ਤੁਸੀਂ ਰੈ residense ਹੈਗਾ ਤੁਸੀਂ ਜਾ ਸਕਦੇ ਹੋ ਪਰ ਜੇਕਰ ਤੁਹਾਡਾ ਰੈ residense ਆ ਕੋਈ ਵੀ ਕਮ ਹੈਗਾ ਜਾਂ ਘਰ ਹੈਗਾ ਉਹ ਆਊਟਸਾਈਡ ਹੈ ਰिजेंस ਤੋਂ ਪਰੰਚੇ ਤੋਂ ਬਾਹਰ ਹੈ ਤਾਂ ਤੁਸੀਂ ਉੱਥੇ ਤੁਹਾਡਾ ਜਾਣ ਦੀ ਮਨਾਹੀ ਹੈ ਤੇ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ 25 ਦਸੰਬਰ 26 ਦਸੰਬਰ 2020 ਤੇ ਜਨਵਰੀ 1 ਜਨਵਰੀ 2021 ਵਿੱਚ ਜਿਹੜੀ ਇੱਕ ਮੈਂ ਆਪਣੀ ਕਮੂਨੀਆਂ ਦੇ ਵਿੱਚ ਜਿਹੜੀ ਮੂਵਮੈਂਟ ਹੈਗੀ ਆ जी एक दूजे कमूने तो दूजे कमूने के उसकी भी बिल्कुल ही मनाही है तो सिर्फ किसी मूवेंट मूवमेंट तो ही कर सकते हो जान बहुत जरूरी काम है जो है, कोई हैल्थ इशू है फिर तुम जा सकते हो तो इस बात जीजन जे मतलब कि येलो रीजन के जैलो बैंड है जैलो जा जोन के वह मूव फ्रीली मूव कर सकते हैं चार दिसंबर तो लैके भी दिसंबर के बीच जोड़ा नवा डी पी सी एम डी पी सी एम आएगा वो चार दिसंबर तो शुरू लग लागू होते इन दो हफ्त भी किसी तरह की ट्रैवल की कोई रिस्ट्रिक्शन नहीं होगी जी रिस्ट्रिक्शन लगनगिया भी लग गया। और दिसंबर तो बाद लगनगियाँ तो इस बाद यह है कि न्यू ईयर ईव के जो होटल्स है रेस्टोरेंट्स जे बंद रहन जो इक्की दिसंबर तो बाद भी दिसंबर तो बाद जो इक्की जो अब्रॉड तो बहर तो आता है किसी होर कंट्रो आता है तो उसू आइसोलेशन के रूल फॉलो करने पैनगे ਇਸ ਤੋਂ ਬਾਅਦ ਅਗਲੀ ਨਿਊਜ਼ ਹੈ ਕਿ ਜਿਸ ਤਰ੍ਹਾਂ ਹੈਲਥ ਮਿਨਿਸਟਰ ਰੋਬਰਟੋ ਸਪ੍ਰੈਂਜ਼ਾ ਜੀ ਨੇ ਅੱਜ ਮਤਲਬ ਕਿ ਆਪਣੀ ਸੈਨੇਟ ਦੇ ਵਿੱਚ ਨਿਊ ਜਿਹੜੀਆਂ ਡੀਪੀਸੀਮ ਆਇਆ ਹੈ ਉਹਦੀਆਂ ਬੰਦੀਸ਼ਾਂ ਉਹਦੇ ਨਿਯਮਾਂ ਬਾਰੇ ਸਕ੍ਰੀਨ ਵੀ ਐਕਸਪਲੇਨ ਕੀਤਾ ਹੈ ਉਸ ਦੇ ਨਾਲ ਨਾਲ ਹੀ ਉਹਨਾਂ ਨੇ ਵੈਕਸੀਨ ਦੇ ਡਿਸਟ੍ਰਿਬਿਊਸ਼ਨ ਪਲਾਨ ਦੇ ਬਾਰੇ ਵੀ ਦੱਸਿਆ ਹੈ ਇਸ ਤੋਂ ਬਾਅਦ ਉਹਨਾਂ ਨੇ ਦੱਸਿਆ ਹੈ ਕਿ ਜਿਹੜੇ ਇਟਲੀ ਦੇ ਲਈ ਜਿਹੜੀ ਵੈਕਸੀਨ ਦੀ ਡਿਸਟ੍ਰਿਬਿਊਸ਼ਨ ਲੋਕਾਂ ਦੇ ਲਈ ਬਿਲਕੁਲ ਫ੍ਰੀ ਹੋਵੇਗੀ उन्होंने क्या है हूँ वो एक रोशनी की किरण देख रहे हैं जो कि जनवरी तो बाद जिसका उन्होंने इंतजार से तो उन्होंने कहा कि वैक्सीन सारे इटालियन लोगों फ्री दी जाएगी तो लोगों यकीनी बनाया जाएगा कि वैक्सीन उन्होंने चंकी है इसलिए इटली ने टीके दौ सौ भी मियन और पांच सौ तिहत्तर हज़ार जारी डोजिज की मतलब कि मांग की है जो कि पूरी जी पापूलेन टीका लगाने लाफ़ी सप्लाई दर्शाती है तो इस डोज की मतलब कि हर व्यक्ति दो मतलब कि दो खुराकों की लड़ पेगी ਇਸ ਤੋਂ ਬਾਅਦ ਜਿਹੜਾ ਪ੍ਰੋਟੀਨ ਹੈ ਬੁੱਧਵਾਰ ਨੂੰ ਪਹਿਲਾ ਪੱਛਮੀ ਦੇਸ਼ ਬਣ ਗਿਆ ਹੈ ਜਿਸ ਨੇ ਆਮ ਵਰਤੋਲੇ ਗਵਰਨਰ 90 ਟੀਕੇ ਦੀ ਮਨਜ਼ੂਰੀ ਦਿੱਤੀ ਹੈ ਤੇ ਅਗਲੇ ਹਫਤੇ ਤੋਂ ਜਰਮਨੀ ਦੇ ਬਾਇਨਟੈਕ ਤੇ ਇਸਤੇ ਯੂਐਸਏ ਦੇ ਸਾਥੀ ਫਾਈਜ਼ਰ ਦੁਆਰਾ ਵਿਕਸਿਤ ਕੀਤੀ ਗਈ ਇੱਕ ਟੀਕੇ ਦੇ ਰੋਲ ਆਊਟ ਦੀ ਕੋਸ਼ਿਸ਼ਾਂ ਕੀਤੀ ਗਈ ਹੈ ਤੇ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਜਦੋਂ ਇਹ ਪ੍ਰਮਾਣਿਕ ਪੱਧਰ ਕੀ ਮਨਜ਼ੂਰੀ ਮਿਲ ਗਈ ਤੇ ਉਸ ਤੋਂ ਬਾਅਦ ਡਾਕਟਰ ਅਤੇ ਸਿਹਤ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਨੂੰ ਇਸਦੀ ਪਹਿਲੀ ਖੁਰਾਕ ਮਿਲੇਗੀ ਲਗਭਗ 1.4 ਮਿਲੀਅਨ ਇਹ ਹੀ ਲੋਕ ਹਨ ਇਸ ਤੋਂ ਬਾਦ ਜਿਹੜੇ ਕੇਅਰ ਹੋਮਸ ਵਿੱਚ ਰੈਜ਼ਿਡੈਂਟ ਰਹੇ ਹਨ ਉਹਨਾਂ ਨੂੰ ਜਸਟ ਓਵਰ 517000 ਰੁਪਏ ਲੋਖ ਹਨ ਇਸ ਤੋਂ ਬਾਅਦ 80 ਸਾਲ ਦੇ ਲੋਕਾਂ ਨੂੰ ਤੇ ਉਸ ਤੋਂ ਬਾਅਦ 60 ਤੋਂ 80 ਸਾਲ ਦੇ ਲੋਕਾਂ ਨੂੰ ਦਿੱਤੀ ਜਾਵੇਗੀ ਤੇ ਜਿਹੜੇ ਥੋੜਾ ਮਤਲਬ ਕਿ ਜਿਨ੍ਹਾਂ ਨੂੰ ਜ਼ਿਆਦਾ ਕ੍ਰੋਨਿਕ ਡਿਸੀਜ਼ ਨਹੀਂ ਹੈ ਉਹਨਾਂ ਨੂੰ ਹੀ ਮੈਡੀਸਨ ਵੈਕਸੀਨੇਸ਼ਨ ਦਿੱਤੀ ਜਾਵੇਗੀ ਤੇ ਇਸ ਤੋਂ ਬਾਅਦ ਜਿਹੜੇ ਕੀ ਵਰਕਰਸ ਹੈਗੇ ਆ ਜਰ ਜਿਸ ਤਰ੍ਹਾਂ ਟੀਚਰਸ ਪੁਲਿਸ ਜੇਲਰ ਦੇ ਵਿੱਚ ਰਹਿਣ ਵਾਲੇ ਆਦਿ ਇਸ ਤੋਂ ਬਾਅਦ ਇਹ ਆਮ ਲੋਕਾਂ ਦੇ ਵਿੱਚ ਇਸ ਦੀ व मतलब कि बंड की जाएगी पेलिगा तोरी और नहीं होगी तो गौरमेंट बाद लोगों कंपेनिंग करेगी समझावेगी कि उन्होंने चंकी है तो उस तो बाद जो चाहेगा वो ये वैक्सीनेशन लगवा सकता है तो इस ने ये भी किया है कि टाने लोगों को फ्री दी जाएगी तो इस द्वारा एक नमें डी पी सी एम के भी न्यूज़ आ रही है कि स्की है जो रिजोर्ट्स है जो स्केटिंग करते हैं जिते होटल्स वगैरह है उत्थे वह क्रूज़ से भी पाँव लगा दी गई है ਇਸ ਤੋਂ ਬਾਅਦ ਬ੍ਰਿਟੇਨ ਦੇ ਵਿੱਚ ਵੀ ਫਾਈਜ਼ਰ ਦੇ ਟੀਕੇ ਨੂੰ ਮਨਜ਼ੂਰੀ ਮਿਲ ਗਈ ਹੈ ਤੇ ਉੱਥੇ ਵੀ ਅਗਲੇ ਹਫ਼ਤੇ ਜਿਹੜੀ ਵੈਕਸੀਨੇਸ਼ਨ ਸ਼ੁਰੂ ਕੀਤੀ ਜਾਂਦੀ ਹੈ ਖ਼ਬਰਾਂ ਆ ਰਹੀਆਂ ਹਨ ਤੇ ਇਸੇ ਵਿਚਕਾਰ ਰੂਸ ਤੋਂ ਵੀ ਇਹ ਹੀ ਖੁਸ਼ਖਬਰੀ ਆਈ ਹੈ ਤੇ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਬੁੱਧਵਾਰ ਨੂੰ ਦੇਸ਼ ਦੇ ਸਿਹਤਦਕਾਰਿਆਂ ਨੂੰ ਹੁਕਮ ਦਿੱਤਾ ਹੈ ਕਿ ਅਗਲੇ ਹਫ਼ਤੇ ਤੋਂ ਵੱਡੇ ਪੱਧਰ ਤੇ ਜਿਹੜੀ ਟੀਕਾ ਕਰਨ ਦੀ ਸ਼ੁਰੂਆਤ ਕਰ ਦਿੱਤੀ ਜਾਵੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਸਪੁਤਨਿਕ-5 ਵੈਕਸੀਨ ਦੀ ਵੀ ਲੱਖ ਡੋਜ਼ੇ ਉਤਪਾਦਨ ਕੀਤਾ ਜਾ ਚੁੱਕਿਆ ਹੈ। ਤੇ ਰੂਸ ਨੇ ਇਹ ਐਲਾਨ ਉਸੇ ਟਾਈਮ ਉਸੇ ਦਿਨ ਕੀਤਾ ਜਿਸ ਦਿਨ ਬ੍ਰਿਟਨ ਜਦੋਂ ਬ੍ਰਿਟੇਨ ਨੇ ਫਾਈਜ਼ਰ ਬਾਇਓਟੈਕ ਵੈਕਸੀਨ ਮંજੂਰੀ ਦਿੰਦੇ ਹੋਏ ਅਗਲੇ ਹਫਤੇ ਟੀਕਾ ਕਰਨ ਦੀ ਗੱਲ ਕੀਤੀ ਹੈ ਪਿਛਲੇ ਹਫਤੇ ਰੂਸ ਨੇ ਕਿਹਾ ਸੀ ਕਿ ਮਲਕੀ ਲਾਸਟ ਦੇ ਨਤੀਜਿਆਂ ਅਚ ਸੁਪਤਨਿਕ ਵੈਕਸੀਨ ਜਿਹੜੀ 95% ਅਸਰਦਾਰ ਪਾਈ ਗਈ ਹੈ ਤੇ ਦੂਜੇ ਜਿਹੜੀ ਇੰਟਰਨੈਸ਼ਨਲ ਜਿਹੜੇ ਹੋਰ ਕੰਪਨੀਆਂ ਸਹਿਗੀਆਂ ਉਹਨਾਂ ਤੋਂ ਅੱਗੇ ਹੈ ਤੇ ਰੂਸ ਦੇ ਰਾਸ਼ਟਰਪਤੀ ਨੇ ਵੀ ਕਿਹਾ ਹੈ ਕਿ ਜਿਹੜਾ ਟੀਕਾ ਹੈ ਸਭ ਤੋਂ ਪਹਿਲਾਂ ਅਧਿਆਪਕਾਂ ਤੇ ਸਿਹਤ ਕਰਮਚਾਰੀਆਂ ਤੇ ਲਗਾਇਆ ਜਾਵੇਗਾ ਤੇ ਉਹਨਾਂ ਨੇ ਕਿਹਾ ਕਿ 20 ਲੱਖ ਤੋਂ ਜ਼ਿਆਦਾ ਦੋਸਾ ਦਾ ਅਗਲੇ ਕੁਝ ਹੀ ਦਿਨਾਂ ਦੇ ਵਿੱਚ ਹੋ ਜਾਵੇਗਾ 21 ਦਿਨਾਂ ਦੇ ਅੰਦਰ ਦੋ ਡੋਜ਼ ਲਗਾਈ ਜਾਣਗੀ ਵੈਕਸੀਨ ਸਾਰੇ ਰੂਸੀ ਨਾਗਰਿਕਾਂ ਨੂੰ ਫ੍ਰੀ ਦਿੱਤੀ ਜਾਵੇਗੀ ਤੇ ਜੇ ਮਤਲਬ ਕਿ ਇਹ ਆਬਲੀਗਟਰੀ ਨਹੀਂ ਹੋਵੇਗੀ ਮਤਲਬ ਹੀ ਆਪਣੀ ਮਰਜ਼ੀ ਦੇ ਨਾਲ ਜੋ ਜਿਹੜਾ ਚਾਵੇਗਾ ਉਹ ਵੈਕਸੀਨ ਲੈ ਸਕਦਾ ਹੈ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਨਿਊਜ਼ ਆ ਰਹੀ ਹੈ ਜਰਮਨੀ ਦੇ ਵਿੱਚ ਜਿਹੜੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਲਈ ਲੜਨ ਲਈ 2 ਨਵੰਬਰ ਤੋਂ ਲਾਗੂ ਹੋਣ ਵਾਲੀਆਂ ਪਾਬੰਦੀਆਂ ਜਿਹੜੀਆਂ ਸੀਗੀਆਂ ਉਹ 10 ਦਿਨਵਰੀ ਤੱਕ ਵਧਾ ਦਿੱਤੀਆਂ ਗਈਆਂ ਹੈ ਤੇ ਇਸ ਦਾ ਐਲਾਨ ਐਂਜਲਾ ਮਾਰਕਲ ਜਿਹੜੇ ਉੱਥੇ ਦੇ ਗਵਰਨਰ ਹੈ ਉਹਨਾਂ ਨੇ ਕੀਤਾ ਹੈ ਜੇਕਰ ਆਪਾਂ ਯੂਕੇ ਦੇ ਕੇਸਿਸ ਦੀ ਗੱਲ ਕਰੀ ਤਾਂ ਯੂਕੇ ਦੇ ਵਿੱਚ ਅੱਜ 60000 ਸੋਰੀ 16179ਵੇਂ ਕੇਸ ਆਏ ਹਨ ਤੇ 648 ਅੱਜ ਡੈਥ ਹੋਈਆਂ ਹਨ ਤੇ ਯੂਐਸਏ ਦੇ ਵਿੱਚ ਅੱਜ 1 ਲੱਖ ਪਿਛਲੇ 24 ਘੰਟਿਆਂ ਦੇ ਵਿੱਚ 151902 ਕੇਸ ਤੇ 2218 ਡੈਥ ਹੋਈਆਂ ਹਨ ਇੰਡੀਆ ਦੇ ਵਿੱਚ 33585 ਤੇ 469 ਡੈਥ ਹੋਈਆਂ ਹਨ ਜਰਮਨੀ ਵਿੱਚ 11565 ਕੇਸ ਆਏ ਹਨ ਤੇ 272 ਡੈਥ ਹੋਈਆਂ ਹਨ ਤੇ ਸਪੇਨ ਦੇ ਵਿੱਚ 9331 ਕੇਸ ਆਏ ਹਨ ਤੇ 273 ਡੈਥ ਹੋਈਆਂ ਹਨ ਫਰਾਂਸ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ 14064 ਕੇਸ ਤੇ 310 ਡੈਥ ਹੋਈਆਂ ਹਨ ਪੋਲੈਂਡ ਦੇ ਵਿੱਚ 13000 855 کیس ਤੇ 609 ਡੈਥ ਹੋਈਆਂ ਹਨ ਤੇ ਨੀਦਰਲੈਂਡ ਵਿੱਚ 4921 کیس ਤੇ 66 ਡੈਥ ਹੋਈਆਂ ਹਨ ਕੈਨੇਡਾ ਦੇ ਵਿੱਚ 3549 ਕੇਸ ਆਏ ਹਨ ਤੇ 90 ਡੈਥ ਹੋਈਆਂ ਹਨ ਪੁਰਤਗਾਲ ਵਿੱਚ 3000 384 کیس ਤੇ 68 ਡੈਥ ਹੋਈਆਂ ਹਨ ਅਸਟਰੀਆ ਦੇ ਵਿੱਚ 3972 ਕੇਸ ਤੇ 121 ਡੈਥ ਹੋਈਆਂ ਹਨ ਤੇ ਆਸਟ੍ਰੇਲੀਆ ਦੇ ਵਿੱਚ 11 ਕੇਸ ਆਏ ਹਨ ਇਸ ਵਾਰ ਅਗਲੀ ਨਿਊਜ਼ ਆਸਟ੍ਰੇਲੀਆ ਤੋਂ ਆ ਰਹੀ ਹੈ ਆਸਟ੍ਰੇਲੀਆ ਤੇ ਚੀਨ ਦੇ ਵਿੱਚ ਜਿਹੜਾ ਤਣਾਅ ਵਾ ਕਾਫੀ ਵਧ ਰਿਹਾ ਹੈ ਹੁਣ ਕੁਝ ਅਜਿਹੀਆਂ ਖਬਰਾਂ ਆ ਰਹੀਆਂ ਹਨ ਜਿਸ ਨੇ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਚੀਨ ਦੀ ਇੱਕ ਕੰਪਨੀ ਆਸਟ੍ਰੇਲੀਆ ਦੇ ਆਈਡਿਲਿਕ ਆਈਲੈਂਡ ਨੂੰ ਖਰੀਦ ਲਈ ਹੈ ਤੇ ਚੀਨੀ ਕੰਪਨੀ ਨੇ ਇਸ ਟਾਪ ਉਹਦੇ ਉੱਤੇ ਆਇਲੈਂਡ ਦੇ ਉੱਤੇ ਆਸਟ੍ਰੇਲੀਆ ਦੇ ਲੋਕਾਂ ਦੇ ਦਾਖਲ ਹੋਣ ਤੇ ਬੰਦੀ ਲਗਾ ਦਿੱਤੀ ਹੈ ਜੇ ਚੀਨ ਵੱਲੋਂ ਇਸ ਆਇਲੈਂਡ ਨੂੰ ਖਾਸ ਤੌਰ ਤੇ ਏਸ਼ੀਆ ਦੇ ਸਲਾਨੀਆਂ ਦੇ ਲਈ ਟੂਰਿਸਟ ਵਾਲੇ ਰੱਖਿਆ ਗਿਆ ਹੈ ਜੇਕਰ ਉੱਥੇ ਦੇ ਸਥਾਨਕ ਲੋਕਾਂ ਦੀ ਗੱਲ ਸੁਣੀਏ ਤੇ ਉਹਨਾਂ ਦੇ ਅਕੋਰਡਿੰਗ ਉਹਨਾਂ ਨੇ ਦੱਸਿਆ ਹੈ ਕਿ ਕੰਪਨੀ ਹੁਣ ਆਸਟ੍ਰੇਲੀਆ ਦੇ ਹੀ ਲੋਕਾਂ ਨੂੰ ਇੱਥੇ ਪੈਰ ਰੱਖਣ ਨਹੀਂ ਦੇ ਰਹੀ ਹੈ ਇਸ ਤੋਂ ਬਾਅਦ ਜੇਕਰ ਅੱਜ ਆਪਾਂ ਇਟਲੀ ਦੇ ਵੈਦਰ ਦੀ ਗੱਲ ਕਰੀਏ ਤੇ ਯੂਰਪ ਦੇ ਕਈ ਦੇਸ਼ਾਂ ਵਿੱਚ ਇਸ ਸਮੇਂ ਮੌਸਮ ਪੂਰਾ ਸੁਹਾਵਨਾ ਚੱਲ ਰਿਹਾ ਹੈ ਜਿਸ ਤੇ ਚੱਲ ਰਿਹਾ ਹੈ ਇਟਲੀ ਦੇ ਵਿੱਚ ਇਸ ਸਾਲ ਦੀ ਦਸੰਬਰ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਪਹਿਲੀ ਜਿਹੜੀ ਸਨੋ ਪਈ ਹੈ ਤੇ ਇਤਰੀ ਦੇ ਉਦੋਂ ਇਟਲੀ ਦੇ ਜਿਹੜੇ ਨਾਰਥ ਹਿੱਸੇ ਹੈ ਵਿੱਚ ਇਸ ਸਾਲ ਦੀ ਪਹਿਲੀ ਬਰਫਵਾਰੀ ਹੋਈ ਹੈ ਤੇ ਤੇ ਉੱਤਰੀ ਇਟਲੀ ਦੇ ਪਹਾੜੀ ਇਲਾਕਿਆਂ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸਨੋ ਪੈਣ ਦੇ ਸਮਾਚਾਰ ਪ੍ਰਾਪਤ ਹੋਏ ਹਨ ਤੇ ਮੌਸਮ ਦਾ ਤਾਪਮਾਨ ਜਿਹੜਾ ਬਰਫ ਪੈਣ ਦੇ ਨਾਲ ਹੋਰ ਵੀ ਡਿੱਗਣ ਦੇ ਅਸਾਰ ਹੈ ਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਤੇ ਅਪੀਲ ਕੀਤੀ ਗਈ ਹੈ ਤਾਂ ਕਿ ਕਿਸੇ ਵੀ ਘਟਨਾ ਤੋਂ ਬਚਿਆ ਜਾ ਸਕੇ ਇਸੇ ਤਰ੍ਹਾਂ ਜਾਪਾਨ ਦੇ ਵਿੱਚੋਂ ਵੀ ਇੱਕ ਗੁੱਡ ਨਿਊਜ਼ ਆ ਰਹੀ ਹੈ ਕਿ ਜਾਪਾਨ ਦੀ ਸੰਸਦ ਨੇ ਵੀ ਬੁੱਧਵਾਰ ਨੂੰ ਇੱਕ ਬਿਲ ਪਾਸ ਕੀਤਾ ਹੈ ਕਿ ਉੱਥੇ ਦੇ ਦੇਸ਼ ਦੇ ਜਿਹੜੇ ਸਿਟੀਜ਼ਨ ਹੈਗੇ ਉਹਨਾਂ ਨੂੰ ਵੀ ਕਰੋਨਾ ਵੈਕਸੀਨ ਮੁਫਤ ਦਿੱਤੀ ਜਾਵੇਗੀ ਤੇ ਉਸ ਨੇ ਕਿਹਾ ਹੈ ਕਿ ਸੰਸਦ ਨੇ ਕਿਹਾ ਹੈ ਕਿ ਇਸ ਟਿਕਾ ਕਰਨ ਦੇ ਪ੍ਰੋਗਰਾਮ ਨਾਲ ਜੁੜੇ ਖਰਚੇ ਸਰਕਾਰ ਆਪ ਕਰੇਗੀ ਤੇ ਸਰਕਾਰ ਕਰੋਨਾ ਨਾਲ ਸੰਬੰਧਿਤ ਜਿੰਨੇ ਵੀ ਖਰਚੇ ਹੈ ਉਹਨਾਂ ਨੂੰ ਕਵਰ ਕਰੇਗੀ ਦਵਾਈ ਕੰਪਨੀਆਂ ਦੇ ਕੀਤੇ ਗਏ ਜੋ ਵੀ मुकदमे है उन्हों की भरपाई करेगी इस तो बाद जो स्पेन है क्रिसमस की जी होलीडेज़ हो रही है उन्होंने उस रिलजन से जीडिया लोग मूवमेंट करेंगे उन्होंने बैन लगाएगा तो स्पेन तेई दिसंबर तो लैके छब्बी जनवरी दे शुरू होने वाले अपने जिन्हें भी मूवमेंट्स हो गए उन्होंने पाबंदी लगावेगा तो इसकी जीड़ी घोषणा हैगी उतरी ने कल शाम दसी है की है ਤੇ ਉਹਨਾਂ ਨੇ ਕਿਹਾ ਹੈ ਕਿ 24-25 ਦਸੰਬਰ ਤੇ 31 ਦਸੰਬਰ ਤੇ 1 ਜਨਵਰੀ ਨੂੰ ਵੱਤਵਤ 10 ਲੋਕ ਲੜੇ ਗਏ ਪਰਿਵਾਰਿਕ ਮਤਲਬ ਇਕੱਠ ਕਰ ਸਕਣਗੇ ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਉੱਥੇ ਦਾ ਲੋਕਲ ਕਰਫਿਊ ਹੈਗਾ ਆ ਉੱਥੇ ਦੇ ਸੂਏ ਦੇ 1:30 ਵਜੇ ਸ਼ੁਰੂ ਹੋਵੇਗਾ ਤੇ ਜਿੰਨੇ ਵੀ ਉੱਥੇ ਦੇ ਰਿਜਨਸ ਹੈਗੇ ਆ ਇਸ ਦੌਰਾਨ ਆਪ ਗੈਦਰਿੰਗ ਕਰਨ ਨੂੰ ਤੋਂ ਬਚਨ ਦੇ ਲਈ ਉੱਥੇ ਦੇ ਉਸ ਜਿਹੜੀ ਆਪਣੇ ਆਪਣੇ ਏਰੀਆ ਨੂੰ ਕੰਟਰੋਲ ਕਰਨਗੇ ਤੇ ਉਹਨਾਂ ਨੇ ਕਿਹਾ ਕਿ ਉਹ ਆਪਣੇ ਘਰ ਦੇ ਅੰਦਰ ਜੋ ਵੀ ਆਪਣੇ ਰਿਲੀਜੀਅਸ ਰਸਮਾਂ ਹੈਗੀਆਂ ਆ ਜੋ ਆਪਣੀ ਧਾਰਮਿਕ ਰਸਮਾਂ ਹੈਗੀਆਂ ਆ ਉਹਨਾਂ ਨੂੰ ਕਰ ਸਕਣਗੇ ਤੇ ਜਦ ਕਿ ਗਾਣ ਦੇ ਮਤਲਬ ਕਿ ਮਨਾਹੀ ਕੀਤੀ ਗਈ ਹੈ ਤੇ ਇਸ ਤੋਂ ਬਾਅਦ ਜਿਹੜੀ ਕੰਪਨੀ ਬਾਇਓ ਬਾਇਓ ਟੈਕਨੋਲੋਜੀ ਕੰਪਨੀ ਮਦਰੋ ਮਦਰੋਨਾ ਹੈ मदरेना है उन्हें भी अपनी करोना वायरस टीके की जाँच के लिए बारह साल तो घट उम्र के बच्चों अपनी जमाइश दाखिलता है तो फाइज़र तो बाद करोना वायरस टीका निर्माता है जोड़ा बच्चा के यंग दीके की जाँच कर शामिल होया है इस अच्छी कुछ खास खबरें इस न ही खत्म कर दें जी भीडियो चंकी लगी तो लाइक करियो तो चैनल में सबसक्राइब करना ना भुल्यो मिल रहा अगली वीडियो भीडियो देखने ला सार् बहुत बहुत धन्यवाद